वाहिगुरु जी का खालसा, वाहिगुरु जी की फतेह। परमात्मा की अरदास है कि तुम हमेशा खुश रहो, तंदुरुस्त रहो, चढ़दियां कलां दे रहो जी। अज चलिए जी मैरनीमा। सत श्री अकाल जी सारे वीरां नूं जी। रोपड़ नूं घूमण चलदे आ, थोड़ा जिहा काम है कोई निम्मे नूं। महां चल कोई गल नहीं ब्रदर, आपां चलदे। खत करवाउणी आ ना। खत भाई मैं नहीं कहिंदा इहनूं खत करवाउण नूं। नहीं भाई, मैं तां कुछ नहीं कहा, मैं अपने आप ते करवाउणी आ। पर कमेंट दे विच बहुत लोग कहते हैं भी दाढ़ी भी नहीं बनाई है ना। भाई वो कटाऊगा, भाई मैं आप कटाउन चले। वे जद वीरे कटाऊगा के कहदा मैं आप कटाउन चले। चलो कोई गल नहीं, ते रास्ते विच जांदे जांदे सानू मिल गया जी साडे भरा जी चाट मसाले वाले। भी कहना भी जांदे जांदे कहना दो कहना आ खा चली, भी आ खा चलीए दो। महां भाई जरूर भी कोई चक्कर नहीं, बहुत वधिया बणाउंदा है ना। चल फिर तू खा, मैं भी खा लवां फिर गल नहीं। ਬਹੁਤੇ ਤਾਂ ਨਹੀਂ ਖਾਣੇ, ਨਹੀਂ ਹੈ ਤਾਂ ਅਸੀਂ ਲੈਣਾ ਸਵਾਦ ਜਾਈਏ ਥੋੜ੍ਹਾ ਜਿਹਾ। ਜੱਟ ਹੁਣ ਫਿਰ ਆਪਣਾ ਮਾਡਲ ਵੀ ਚੇਂਜ ਲੱਗਿਆ ਕਰਾਉਣ ਡਾਉਣ ਲੱਗਿਆ ਕਰਨ ਮਾਡਲ ਹੈ। ਚਲੋ ਇਹ ਵੀ ਆਪਣਾ ਆਪਣਾ ਸ਼ੌਂਕ ਹੁੰਦਾ ਸਾਰਿਆਂ ਦਾ। ਜੱਟ ਸਾਡਾ ਕਰਾਉਣ ਲੱਗਿਆ ਮਾਡਲ ਚੇਂਜ, ਮੇਤੇ ਵੀ ਡਾਊਨ ਆਉਣ ਲੱਗਿਆ। ਮੇਤੇ ਹੀ ਉੱਦਾਂ ਜੀ ਸਾਲ, ਦੋ ਸਾਲ ਬੜਾ ਮੇਤੇ, ਪਰ ਹੁਣ ਕੱਲ੍ਹ ਨੂੰ ਇਹ ਲੱਗੂਗਾ ਮੇਤੇ 10 ਸਾਲ ਛੋਟਾ। ਘੈਂਟ ਬਣ ਗਈ। ਲਓ ਜੀ ਰਸਤੇ ਦੇ ਵਿੱਚ ਮੋਟਰਸਾਈਕਲ ਦੇ ਗਿਆ ਜਵਾਬ ਥੋੜ੍ਹਾ ਜਿਹਾ, ਕਹਿੰਦਾ ਮੇਰੀ ਹਾਂ ਹਾਂ ਕਮਾਈ ਦੱਬੀ ਜਾ ਦੱਬੀ ਜਾ ਦੱਬੀ ਜਾ ਦੱਬੀ ਜਾ ਦੱਬੀ ਜਾ ਹਾਂ ਬਸ। ਇਹ ਕਹਿੰਦਾ ਵੀ ਮੇਰੀ ਚੈਨ ਕਸੋ, ਚੈਨ ਕਸਣੀ ਆ ਬਾਬੇ ਹੈਂ। ਅੱਛਾ ਤੇਲ ਵੀ ਲਾ ਦੇ, ਤੇਲ ਥੱਲੇ ਨਾ ਡੋਲ, ਫਿਰ ਤੈਨੂੰ ਇਹੀ ਨਹੀਂ ਪਤਾ ਲੱਗਦਾ ਤੇਲ ਪਾ ਇੱਥੇ ਇਹ ਜਗ੍ਹਾ। ਅੱਛਾ ਗਲਤੀ ਹੋ ਗਈ ਬਾਈ, ਮੈਂ ਮਿਸਤਰੀ ਨੂੰ ਟੋਕਤਾ, ਕਰਦੇ ਤੇਰੇ ਜਿਹੜਾ ਕੰਮ ਹੁੰਦਾ ਕਰਦੇ ਤੂੰ। ਆਓ ਕਿਤੇ ਬਾਈ ਗੁੱਸਾ ਖਾ ਕੇ ਕਿਤੇ ਟੇਢਾ ਹੀ ਕਰ ਦੇਵੇ ਟਾਇਰ ਨੂੰ ਮੇਰੇ ਨੂੰ, 4 ਦਿਨਾਂ 'ਚ ਮੇਰਾ ਟਾਇਰ ਉੜਿਆ ਫਿਰ ਹੈ ਵੀ ਨਿੰਮੇ। ਹਾਂ ਕਰ ਸਕਦਾ, ਇਹਨੇ ਕਹਿਣਾ ਮੈਨੂੰ ਸਿਖਾਉਂਦਾ ਦੱਸ ਮਿਸਤਰੀ ਨੂੰ ਕੰਮ। ਕੱਲ੍ਹ ਭਾਈ ਠੀਕ ਆ, ਚੁੱਪੇ ਭਲੀ ਆ, ਗੁੱਸਾ ਵੀ ਬੜੀ ਛੇਤੀ ਕਰ ਜਾਂਦੇ ਲੋਕ। ਇਹਨੇ ਇਹਨੇ ਪਤਾ ਕਿਆ ਕਰਨਾ, ਇਹਨੇ ਮਾੜਾ ਜਿਹਾ ਤੇਲ ਵਾਲੀ ਤੂਹੀ ਇੱਧਰ ਉੱਧਰ ਟੇਢੀ ਮੇਢੀ ਜੀ ਕਰ ਦੇਣੀ, ਆਪਾਂ ਨੂੰ ਲੱਭੀ ਜਾਣਾ ਕਿੱਥੇ ਕਿਆ ਹੋ ਗਿਆ। ਮਿਸਤਰੀ ਤਾਂ ਐਂ ਕਰ ਜਾਂਦੇ ਫਿਰ। ਚੱਲ ਇਹਦਾ ਵੀ ਟਾਈਮ ਨਾਲੇ ਕੰਮ ਹੋਣਾ ਤਾਂ, ਇਹਦਾ ਕੰਮ ਹੋਣਾ ਤਾਂ ਟਾਈਮ ਨਾਲੇ। ਪਹੁੰਚ ਗਏ ਜੀ ਅਸੀਂ ਹੁਣ ਦੁਕਾਨ ਦੇ ਵਿੱਚ, ਜਿੱਥੇ ਦੇ ਇੱਕ ਥੋੜ੍ਹੀ ਅਸੈਸਰੀ ਲੈਣੀ ਆਪਾਂ ਨੇ ਆਪਣੇ ਕੈਮਰੇ ਦੇ ਵਾਸਤੇ। ਅਤੇ ਭਾਅ ਜੀ ਨੂੰ ਮੈਂ ਕਿਹਾ ਸੀ ਮੈਨੂੰ ਸਪੀਕਰ ਹਾਰਮੋਨੀਕ ਵੀ ਜਿਹਦੇ ਨਾਲ ਥੋੜ੍ਹਾ ਜਿਹਾ ਫੜ ਕੇ ਆਪਾਂ ਦੂਰ ਕਰ ਸਕੀਏ, ਹੈ ਨਾ। ਅਤੇ ਬੇਲਾ ਚੌਂਕ ਦੇ ਵਿੱਚ ਭਾਅ ਜੀ ਕੀ ਦੁਕਾਨ ਦਾ ਨਾਂ ਆਪਣੀ ਦਾ? ਤੁਗਲ ਮਲਟੀ ਸ਼ੌਪ ਹੈ। ਓਕੇ, ਬੇਲਾ ਚੌਂਕ ਰੋਡ। ਬਿਲਕੁਲ ਬਿਲਕੁਲ, ਮਲਟੀ ਸ਼ੌਪ ਹੈ, ਇੱਥੇ ਕਾਫੀ ਕੁਝ ਹੈ ਵਿੱਚੇ, ਆਲ ਓਵਰ ਹੈ ਸਾਰਾ ਕੁਝ। ਕਿਆ ਕਰੀਏ, ਦੇਖਦਾ ਫੜ ਕੇ ਫਿਰ। ਫਿਰ ਮੈਨੂੰ ਥੋੜੀ ਜਿਹੀ ਹਲਕੀ ਜਿਹੀ ਲੱਗਣ ਲੱਗੀ ਹੈ, ਇਹਦੇ ਉੱਤੇ ਕੈਮਰਾ ਲੱਗੂਗਾ। ਨਹੀਂ ਉਹ ਠੀਕ ਹੈ, ਮੈਂ ਕਿਹਾ ਜਿਹੜਾ ਕੈਮਰੇ ਦਾ ਵਜਨ ਆ ਕਿਤੇ ਜੰਪ ਜਾਂ ਫੜ ਕੇ ਮੁੱਦੇ ਨਾ ਜਾਵੇ। ਨਹੀਂ ਨਹੀਂ, ਹਾਂ ਪੂਰੀ ਮੈਟਲ ਦੀ ਬਣੀ ਹੋਈ ਹੈ, ਮਜ਼ਾ ਨਹੀਂ ਹਿੱਲਦੀ।
ਤੇ ਠੀਕ ਹੈ ਗਾਰੰਟੀ ਦੇ ਦੀ ਬਾਈ ਬਣ ਕੇ ਇਸ ਚੀਜ਼ ਦੀ ਟੈਨਸ਼ਨ ਨਾ ਲਓ ਤੁਸੀਂ ਐਡਾ ਮਹਿੰਗਾ ਕੈਮਰਾ ਲਿਆ ਐਵੇਂ ਹਾਂ ਉਹ ਇਹ ਤਾਂ ਹੈ ਗੱਲ ਤਾਂ ਕੈਮਰੇ ਦੀ ਤਾਂ ਗੱਲ ਨਹੀਂ ਰੋਲਾ ਆਨੇ ਵਾਦੇ ਇਹ ਗੱਲ ਤਾਂ ਨਹੀਂ ਮੰਨਣੇ ਵਾਲੀ ਤਾਂ ਹੀ ਕਹਿੰਦਾ ਵੀ ਜੇ ਇੰਨੀ ਮਹਿੰਗੀ ਚੀਜ਼ ਲੈ ਲਈ ਆਪਾਂ ਇਹਦੇ ਵਿੱਚ ਅਸੀਂ ਕੱਚ ਪੱਚ ਕਰਕੇ ਨਾ ਜੀ ਨਾ ਫਿਰ ਉਹੀ ਕੰਮ ਗੜਬੜ ਹੋ ਜਾਣਾ ਇਹ ਕਲਾਸ ਚੀਜ਼ ਆ ਜਿਹੜੀ ਬਲ ਬਿੰਗ ਵਾਲੀ ਆ ਉਹ ਮਾਲ ਵੇਚਦੇ ਨਹੀਂ ਕਿੰਨੇ ਦੀ ਆ ਭਾਬੀ ਫਿਰ ਪਊਗੀ ਸਿਰਫ ਤੁਹਾਨੂੰ ਪਊਗੀ 500 ਰੁਪਏ 500 ਰੁਪਏ ਦੀ ਬਸ ਦੇਖ ਲਾ ਚੱਲ ਕੋਈ ਗੱਲ ਨਹੀਂ ਸੀ 500 ਤਾਂ ਦੇ ਦੇਣਾ ਪਰ ਗੱਲ ਆਇਆ ਵੀ ਬਾਈ ਉਹੀ ਕੰਮ ਨਾ ਹੋ ਜੇ ਮੈਟਲ ਵਾਲਾ ਕੰਮ ਹੈ ਤੁਸੀਂ ਜਿੱਦਾਂ ਮਰਜ਼ੀ ਕੈਮਰਾ ਲਾ ਕੇ ਟੈਸਟ ਕਰੋ ਅੱਛਾ ਆਊਟ ਲਾਓ ਕੁਛ ਹੋਣ ਵਾਲਾ ਨਹੀਂ ਪੂਰੇ ਹਾਰਡ ਲੋਕ ਲਵਾਉਣੇ ਓਕੇ 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 ਠੀਕ ਹੈ ਅੱਗੇ ਦਾ ਮਾਲ ਨਹੀਂ ਵੇਚਣਾ ਮੈਂ ਸਮਝ ਗਿਆ ਭਾਈ ਦੁਕਾਨ ਤਾਂ ਇੱਥੇ ਰਹਿਣੀ ਯਾਰ ਦੁਕਾਨ ਤਾਂ ਇੱਥੇ ਰਹਿਣੀ ਬੰਦੇ ਵੀ ਇੱਥੇ ਰਹਿਣੇ ਨਾਲੇ ਅਸੀਂ ਰਿਕਾਰਡ ਕਰ ਲਏ ਬੰਦੇ ਨੂੰ ਫਿਰ ਆਂਭਾ ਦੇਣ ਜੋਗੇ ਤਾਂ ਹੈਗੇ ਵੀ ਆਹ ਦੱਸ ਕਿਆ ਹੋਇਆ 20 ਸਾਲ ਤਾਂ ਹੋ ਰਿਹਾ ਉਰੇ ਹੀ ਰਹਿਣਾ ਇਹ ਵੀ ਗੱਲ ਠੀਕ ਹੈ ਤੇਰੀ ਤੇ ਕੋਈ ਹੋਰ ਇਹਦੇ ਆਪਣਾ ਮਾਈਕ ਵਗੈਰਾ ਹੈ ਕੋਈ ਯਾਰ ਕੋਈ ਵਧੀਆ ਜਿਹੀ ਕੁਆਲਿਟੀ ਵਾਲੇ ਜਿਹੜੇ ਨੋਇਜ਼ ਕੰਟਰੋਲ ਰੱਖੇ ਆ ਦੇਖੋ ਇੱਕ ਮਾਈਕ ਆਇਆ ਆਪਣੇ ਕੋਲ ਇਹ 2 ਚੈਨਲ ਵਾਲਾ ਮਾਈਕ ਹੈ ਇੱਕ ਆਡੀਓ ਨਾਲ 2 ਮਾਈਕ ਯੂਜ਼ ਹੋ ਸਕਦਾ ਇਹਦਾ ਪ੍ਰਾਈਸ ਕਿੰਨਾ ਸਿੰਗਲ ਵਾਲੇ ਦਾ ਇਹ ਸਿੰਗਲ ਤੁਹਾਨੂੰ ਮਿਲੇਗਾ ਓਜੀ ਕੁਆਲਿਟੀ 1500 ਰੁਪਏ ਜੀ 1500 ਰੁਪਏ ਦੀ ਠੀਕ ਹੈ ਡਬਲ ਚੈਨਲ ਓਜੀ ਡਬਲ ਚੈਨਲ ਓਜੀ ਮਾਲ ਮਿਲੇਗਾ ਮਾਰਕੀ ਵਾਲਾ ਮਾਲ ਦਵਾਂਗੇ ਠੀਕ ਹੈ ਜੀ ਮਿਲ ਜਾਏਗਾ 2400 ਰੁਪਏ 2400 ਰੁਪਏ ਦਾ ਯਾਨੀ 1000 ਰੁਪਏ ਦਾ ਡਿਸਟੈਂਸ ਹੈ ਇਹਦੀ ਬੈਟਰੀ ਲਾਈਫ ਕਿੰਨੀ ਕਾ ਭਾਜੀ ਭਾਜੀ ਜੋ ਵਲੌਗਰ ਯੂਟਿਊਬਰ ਦੱਸਦੇ ਆ ਜਾਂ ਰਿਪੋਰਟਰ ਦੱਸਦੇ ਆ ਕਿ ਇਹਦੀ 3 ਤੋਂ 4 ਘੰਟੇ ਕੰਟੀਨਿਊਸਲੀ ਵੈਰੀ ਗੁੱਡ ਜੋਬ ਯਾਰ ਦੈਟ ਇਹਨੂੰ ਤੁਸੀਂ ਈਜ਼ੀਲੀ ਹਾਰਡਲੀ 30 ਮਿੰਟ 25 ਮਿੰਟ ਹਾਂ ਇੰਨਾ ਕੇ ਯੂਜ਼ ਹੁੰਦਾ ਸਾਡੇ ਕੋਲ ਮੈਨੂੰ ਵੀ ਪਤਾ ਬਸ ਹਾਂ ਫੁੱਲ ਹੋ ਜਾਂਦੀ ਹੈ ਟੋਟਲ ਓਕੇ 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 ਇਹ ਚੀਜ਼ ਆ ਬਾਕੀ ਭਾਜੀ ਤੁਸੀਂ ਹੋਰ ਵੀ ਕੰਮ ਮੈਂ ਕਹਿੰਦਾ ਮਲਟੀ ਸ਼ਾਪ ਦਾ ਮਤਲਬ ਹੋਰ ਕੀ ਕਰਦੇ ਗੱਲ ਭਾਜੀ ਸਪੀਕਰ ਚਾਹੀਦੇ ਛੋਟੇ ਵੱਡੇ ਅੱਛਾ ਸਮਾਰਟ ਵਾਚੀ ਚਾਹੀਦੀ ਹੈ ਓਕੇ ਐਪਲ ਦੀ ਕੋਈ ਅਸੈਸਰੀ ਚਾਹੀਦੀ ਹੈ ਜਾਂ ਚਾਹੀਦੀ ਹੈ ਓਜੀ ਕੁਆਲਿਟੀ ਦੇ ਈਅਰਫੋਨ ਏਅਰਪੋਰਟ ਚਾਹੀਦੇ ਆ ਓਕੇ ਵੱਡੇ ਸਟੈਂਡ ਚਾਹੀਦੇ ਆ ਵੱਡੇ ਆਪਾਂ ਮੈਟਲ ਸਟੈਂਡ ਲਾਈਟਾਂ ਵਾਲੇ ਇਦਾਂ ਦੀਆਂ ਵੀ ਸਾਰੀਆਂ ਚੀਜ਼ਾਂ ਆਪਣੇ ਕੋਲ ਹੈਗੀਆਂ ਬਿਲਕੁਲ ਸੈਕਿੰਡ ਹੈਂਡ ਫੋਨ ਵੀ ਆਉਂਦੇ ਆਪਣੇ ਕੋਲ ਵਿੱਚ ਕਦੇ ਕਦੇ ਕੁਆਲਿਟੀਆਂ ਆ ਜਾਂਦੀਆਂ ਅੱਛਾ ਅੱਛਾ ਆਈਫੋਨ ਦੀ ਅੱਜ ਕੱਲ੍ਹ ਕੁਆਲਿਟੀ ਆਈ ਵੀ ਆ ਦੇਖੋ ਓਕੇ ਆਈਫੋਨ ਵੀ ਰੱਖੀ ਬੈਠਾ ਭਾਜੀ ਤਾਂ ਸੈਕਿੰਡ ਹੈਂਡ ਆਈਫੋਨ ਆਉਂਦਾ ਸੈਕਿੰਡ ਹੈਂਡ ਅੱਛਾ ਫਲਿੱਪਕਾਰਟ ਦਾ ਕਿਉਸੀ ਮਾਲ ਹੈ ਮਾਰਕੀਟ ਵਾਲਾ ਮਾਲ ਮੈਨੂੰ ਅੱਛਾ 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 ਬਿਲਕੁਲ ਜੀ ਆ ਦੇਖੋ ਜੀ ਆਈਫੋਨ 11 ਆਇਆ 64 GB ਡੋਟ ਨੋਚ ਕੁਆਲਿਟੀ ਕਿਤੋਂ ਵੀ ਸਕ੍ਰੈਚ ਨਹੀਂ ਹੋਏਗਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਟੋਟਲੀ ਇਹ ਫਿਰ ਮੈਂ ਕਿਹੜਾ 11 ਕਹਿੰਦੇ ਤੁਸੀਂ ਹੈ ਨਾ ਇਹ 11 ਹੈ ਜੀ 64 GB ਟੋਟਲੀ ਜੈਨੂਨ ਕੁਆਲਿਟੀ ਓਕੇ ਉਹ ਨਹੀਂ ਇਹਦਾ ਉਹਦਾ ਅਸਲੀ ਪ੍ਰਾਈਸ ਕੀ ਹੈ ਜੇ ਆਪਾਂ ਉਦਾਂ ਨਿਊ ਫਲਿੱਪਕਾਰਟ ਐਮਾਜ਼ਾਨ ਤੇ ਅੱਜ ਕੱਲ ਸੇਲ ਚੱਲਦੀ ਤੁਹਾਨੂੰ ਸਭ ਨੂੰ ਪਤਾ 43-44 ਦੇ ਲਵੇ ਮਿਲਦੇ ਅੱਛਾ 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 ਤੇ ਇੱਥੇ ਕਿੰਨੇ ਦਾ ਮਿਲਦਾ ਤੁਹਾਡੇ ਕੋਲ ਹੁਣ ਇਹ ਦੇ ਦਾਂਗੇ ਸਿਰਫ 30,000 ਓਕੇ 10,000 ਰੁਪਏ ਡਿਸਕਾਊਂਟ ਹੋ ਗਿਆ ਸਮਝ ਲਓ ਇੱਕ ਲਿਖੇ ਦਾ ਕੋਈ ਪ੍ਰੋਪਰ 90% ਦੇ ਲਵੇ ਹੋਏਗੀ ਓਕੇ ਓਕੇ ਵਧੀਆ ਮਾਲ ਡੋਟ ਨੋਚ ਹੋਏਗਾ ਇਹਦੇ ਚ ਇਦਾਂ ਹੀ ਇੱਕ ਆਈਫੋਨ ਐਕਸ ਆਉਂਦਾ ਸਾਡੇ ਕੋਲ ਅੱਛਾ 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 ਵਾਈਟ ਕਲਰ ਹੈ ਦੇਖੋ ਪੰਨੀ ਵੀ ਨਹੀਂ ਉਤਰੀ ਵੀ ਫੋਨ ਦੀ ਕੀ ਬਾਤ ਆ ਫੇਰ ਦੱਸ ਟੋਟਲੀ 92% ਬੈਟਰੀ ਹੈਲਥ ਦੇ ਨਾਲ ਫੋਨ ਆਉਂਦਾ ਕਿਤੇ ਵੀ ਡੋਟ ਨੋਚ ਨਹੀਂ ਹੋਏਗਾ OLED ਡਿਸਪਲੇ ਆ ਠੀਕ ਹੈ ਪ੍ਰੋਪਰ ਜੈਨੂਇਨ ਚੀਜ਼ ਕੀ ਬਾਤ ਹੈ ਕੋਈ ਕੰਮ ਹੀ ਨਹੀਂ ਉਹ ਅੱਜ ਨਿੰਮੇ ਕਿਸੇ ਜੀ ਦੁਕਾਨ ਪਰ ਲਿਆ ਮੈਨੂੰ ਤੂੰ ਇੱਥੇ ਤੇ ਜਾਣ ਨੂੰ ਜੀ ਨਹੀਂ ਕਰਦਾ ਜੇਬ 'ਚ ਰੁਪਈਏ ਹੈ ਨਹੀਂ ਇੰਨੇ ਕਿਆ ਕਰੀਏ ਫਿਰ ਅੱਜ ਇੱਕ ਤਾਂ ਆ ਲੈ ਲੈਂਦੇ ਆਪਾਂ ਕੋਈ ਨਹੀਂ ਆ ਲੈ ਭਾਜੀ ਇਹਨਾਂ ਦੀ ਵਾਰੰਟੀ ਸਰ ਇਹ ਵਾਰੰਟੀ 'ਚ ਨਹੀਂ ਆਉਂਦੇ ਬਟ ਜੈਨੂਇਨਟੀ ਸਾਡੀ ਹੈ ਅਸੀਂ ਬੈਠੇ ਹਾਂ ਕੁਆਲਿਟੀ 'ਚ ਕਦੇ ਕਮੀ ਨਹੀਂ ਪਾਉਣ ਦੇ ਵਾਲੇ ਠੀਕ ਹੈ ਠੀਕ ਹੈ ਫਿਰ 2 ਆਟੋਮਾਂ ਲੈ ਲੈਂਦੇ ਆ ਵੀ ਯਾਰ ਉਹ ਵੀ ਤੁਸੀਂ ਹੈ ਹੈ ਚਲੋ ਜੀ ਠੀਕ ਹੈ ਇਹ ਲਈਏ ਜੀ ਅਸੀਂ ਕਰੀਏ ਖਰੀਦ ਪਰੋਚ ਜੀ ਦੀ ਥੈਂਕ ਯੂ ਜੀ ਥੈਂਕ ਯੂ